ਫਾਰਮ ਟਰੱਕ 60 ਵੇਰੇ 2011 ਮਾਡਲ ਆ ਜੀ। ਹਾਂਜੀ 2011 ਮਾਡਲ ਬਠਿੰਡਾ ਨੰਬਰ ਪਹਿਲੀ ਪਾਰਟੀ ਦਾ ਸਰਵਿਸ ਤੇ ਗੱਲ ਲਿਆਂ ਦੀ। ਤਿੰਨਾਂ ਟਰੈਕਟਰਾਂ ਦੀ ਮੈਥੋਂ ਸਲਾਈਆਂ ਕਢਾ ਲਈ। ਠੀਕ ਹੈ ਜੀ। ਆ ਵੇਖ ਲੈ ਬਾਈ ਚੈੱਕ ਕਰਾ ਦੇ। ਆ ਤੇਰੇ ਖੜੇ ਤੋਂ ਸਲਾਈ ਕੱਢੀ ਆ ਦੇਖ ਲੈ ਵੀ ਨਵਾਂ ਸਰਵਿਸਾਂ ਬਾਈ ਲਿਆ ਕੇ ਟਰੈਕਟਰਾਂ ਦੀ ਆਪ ਕਰਾਉਣੀ ਆ। ਆ ਗਿਆ ਜੀ 265 2000 ਮਾਡਲ। ਠੀਕ ਹੈ ਜੀ। ਦੇਖੋ PV13 ਨੰਬਰ ਹੀ ਇਹਦਾ ਬਾਈ ਜੀ। PV13 ਨੰਬਰ ਆ ਟਰੈਕਟਰ ਦਾ ਤੇ ਕੰਡੀਸ਼ਨ ਚੈੱਕ ਕਰ ਲਓ ਕਿੰਨੀ ਸੋਹਣੀ ਕੰਡੀਸ਼ਨ। ਇਹ ਪਾਸੇ ਜੋੜੀ ਆਪਾਂ ਨਵੀਂ ਪਵਾਈ ਆ। ਟਾਟ ਵੀ ਨਾਲ ਮਿਲੂਗਾ ਸੀਟ ਕੰਪਨੀ। ਆ ਦੇਖ ਲਓ ਵੀਰੇ। ਠੀਕ ਹੈ ਜੀ। ਟਰੈਕਟਰ ਸਰਵਿਸ ਹੋ ਕੇ ਘੰਟਾ ਟਰੈਕਟਰ ਚੱਲੇ ਹੋਊਗਾ। ਠੀਕ ਹੈ ਭਰਾ ਵਧੀਆ। ਠੀਕ ਹੈ ਜੀ। ਤੇ ਨਾਮ ਕੀ ਹੈ ਜੀ ਆਪਣਾ? ਨਾਮ ਗੋਵਿੰਦ ਆ ਜੀ, ਪਿੰਡ ਸੁਖਾਣਾ ਦਾ। ਠੀਕ ਹੈ ਜੀ। ਕਿਹੜਾ ਟਰੈਕਟਰ ਲੈ ਕੇ? ਆਪਣੇ ਕੋਲੇ ਵੀਰੇ ਟਰੈਕਟਰ ਅੱਜ ਮੰਡੀ ਤੇ ਤਾਂ ਤਿੰਨ ਹੀ ਆਏ ਆ। ਹਾਂਜੀ, ਘਰੇ 5 ਤੋਂ 6 ਟਰੈਕਟਰ ਘਰੇ ਖੜੇ ਆਪਣੇ ਕੋਲੇ। ਠੀਕ ਹੈ ਬਾਈ ਜੀ। ਪਰ ਜਿਹੜੇ ਅੱਜ ਮੋਗਾ ਮੰਡੀ ਤੇ ਆਏ ਉਹ 3 ਟਰੈਕਟਰ ਹੀ ਆਏ ਆ। ਠੀਕ ਹੈ ਜੀ। ਇਹ 3 ਟਰੈਕਟਰ ਪੂਰੇ ਤਿਆਰ ਵਰਦੇ? 3 ਜਮਾਂ ਓਕੇ ਆ ਵੀਰੇ। ਠੀਕ ਹੈ ਜੀ। ਹਾਂ, ਤੇ ਹੁਣ ਆਪਾਂ ਟਰੈਕਟਰਾਂ ਬਾਰੇ ਜਾਣਕਾਰੀ ਦਿੰਦੇ ਆ, ਫਿਰ ਬਾਈ ਦਾ ਐਡਰੈਸ ਦੇਵਾਂਗੇ। ਸਾਹਮਣੇ ਦੇਖੋ ਜੀ ਫਾਰਮ ਟਰੈਕ ਹੈਗਾ 60 ਦਾ। ਇਹਦੇ ਬਾਰੇ ਦੋ ਜਾਣਕਾਰੀ। ਮਾਡਲ ਕਿੰਨੇ? ਫਾਰਮ ਟਰੈਕ 60 ਵੀਰੇ 2011 ਮਾਡਲ ਆ ਜੀ। ਹਾਂਜੀ, 2011 ਮਾਡਲ ਬਠਿੰਡਾ ਨੰਬਰ ਪਹਿਲੀ ਪਾਰਟੀ ਦਾ। ਠੀਕ ਹੈ ਜੀ। ਬਠਿੰਡਾ? ਠੀਕ ਆ, ਬਠਿੰਡਾ ਨੰਬਰ। ਸਰਕਾਰੀ ਪਲੇਟਾਂ ਲੱਗੀਆਂ, ਚੈੱਕ ਕਰਾ ਦੇ ਬਾਈ ਬਾਬੂ। ਸਰਕਾਰੀ ਪਲੇਟਾਂ ਲੱਗੀਆਂ ਨੇ, ਰੁਪਈਆ ਸਰਕਾਰੀ ਪਲੇਟਾਂ ਲੱਗੀਆਂ। ਬੀਮਾ ਟਰੈਕਟਰ ਦਾ ਪਿਆ ਵੀਰੇ। ਬੀਮਾ ਵੀ ਹੈਗਾ ਜੀ। ਜੇ ਕੋਈ ਵੀਰ ਆਪਣੇ ਨਾਲ ਸੌਦਾ ਲਾਉਂਦਾ ਇਹ ਟਰੈਕਟਰ ਦਾ, ਉਹ ਵੀਰ ਨਾਲ ਆਪਣੀ ਇੱਕ ਸ਼ਰਤ ਆਈ, ਬੰਦੇ ਨੇ ਆਪਾਂ ਨੂੰ ਕਹਿ ਕੇ ਦਿੱਤਾ ਵੀ ਟਰੈਕਟਰ ਨਾ ਕਰਾਉਣਾ ਪੈਣਾ ਹੈ। ਠੀਕ ਹੈ ਜੀ। ਜੇ ਕੋਈ ਪਾਰਟੀ ਟਰੈਕਟਰ ਲਿਆਂਦੀ ਆ ਉਹਨੂੰ ਇਹ ਨਾ ਕਰਾਉਣਾ ਪੈਣਾ। ਬੀਮਾ ਵੀ ਪਿਆ, ਪਲੇਟਾਂ ਵੀ ਲੱਗੀਆਂ। ਠੀਕ ਹੈ। ਕੱਲੀ ਫੀਸ ਭਰ ਕੇ ਹਫ਼ਤੇ 'ਚ ਕਾਪੀ ਨਾ ਹੋ ਕੇ ਘਰੇ ਆ ਜਾਣੀਆਂ ਬੰਦੇ। ਠੀਕ ਹੈ ਜੀ। ਠੀਕ ਹੈ ਜੀ, ਬਣ ਜੂ। ਹਾਂ ਠੀਕ ਹੈ ਜੀ। ਇਹਦੇ ਬਾਈ ਜੀ 2011 ਮਾਡਲ ਟਰੈਕਟਰ ਹੈ। ਪਾਵਰ ਸਟੀਅਰਿੰਗ ਆ, ਤੇਲ ਬ੍ਰੇਕ ਆ, ਰਿਵਰਸ PTO ਆ। ਹਾਂਜੀ, ਲੈਫਟ ਵੱਡੀ 'ਚ ਆ ਜਾਂਦਾ ਵੀਰੇ 2011 ਮਾਡਲ, ਵੱਡੀ ਲੈਫਟ ਦੇ ਵਿੱਚ ਆਈ ਹੈ। ਵੱਡੀ ਲੈਫਟ 'ਚ ਆ ਗਿਆ। ਹਾਂ, ਚਾਰੇ ਟਾਇਰ ਇਹਦੇ ਕੰਪਨੀ ਦੇ ਅਪੋਲੋ ਦੇ। ਠੀਕ ਹੈ ਜੀ। ਅਪੋਲੋ ਕੰਪਨੀ ਦਾ ਨਵਾਂ ਮਾਡਲ ਅਪੋਲੋ ਆਇਆ। ਹਾਂਜੀ, ਚਾਰੇ ਟਾਇਰ ਨਵੇਂ ਆ ਬਾਈ ਇਹਦੇ। 14 ਦੇ ਟਾਇਰਾਂ 'ਚ ਆ, ਮੂਲ ਟਾਇਰ ਵੀ ਵੱਡੇ ਆ ਇਹਦੇ। ਠੀਕ ਹੈ ਜੀ। ਇਹਦੇ ਨਾਲ ਦੇ ਟਾਇਰ ਬਾਈ ਦੱਸਦਾ ਹੀ ਬੰਦਾ ਹੁੰਦਾ ਵੀ 60 ਪੈਸੇ ਟਾਇਰ ਸੀਗੇ ਨਾਲ ਦੇ। ਠੀਕ ਹੈ ਜੀ। ਤੇ ਬੰਦੇ ਨੇ ਲਾ ਕੇ ਸ਼ੌਂਕੀ ਆ ਜਾਣਦੇ, ਉਹਨੂੰ ਮਨ 'ਚ ਇੱਕ ਆਈ ਸੀ ਵੀ ਅਪੋਲੋ ਕੰਪਨੀ ਦੇ ਟਾਇਰ ਪਵਾਉਣੇ ਆ। ਵੱਡੇ ਪਵਾ, ਹਾਂ ਵੱਡੇ ਟਾਇਰ ਪਵਾ ਦੇ ਅਪੋਲੋ ਦੇ, ਮੂਹਰਲੇ ਵੱਡੇ ਪਵਾ ਦੇ, ਮਗਰਲੇ ਸਾਈਜ਼ ਉਹੀ ਆ। ਠੀਕ ਹੈ ਜੀ। ਮੂਹਰਲਾ 14 ਚ ਹੀ ਆਉਂਦਾ? ਹਾਂ, 14 ਚ ਹੀ ਆਉਂਦਾ। ਮੂਹਰਲਾ ਸਾਈਜ਼ ਥੋੜਾ ਜਿਹਾ ਵੱਡਾ ਪਵਾ ਦਾ। ਠੀਕ ਹੈ ਜੀ। ਹਾਂ, ਪੂਰਾ ਨਵਾਂ ਟਰੈਕਟਰ ਆ, ਨਾਗ ਸਾਰੇ ਪੂਰੇ ਆ, ਡੰਡਾ ਫਟੀ, ਛਤਰੀ ਵੀ ਇਹਦੀ ਪਈ ਆ ਬਾਈ ਘਰੇ, ਆਪਾਂ ਉਹ ਵੀ ਦੇ ਦਾਂਗੇ ਜੇ ਕਿਸੇ ਨੇ ਵੀਰ ਨੇ ਚੱਲ ਆਪਣਾ ਸੌਦਾ ਲਾਉਂਦਾ। ਹਾਂਜੀ, ਛਤਰੀ ਇਹਦੀ ਹੈਗੀ, ਦੇ ਦਾਂਗੇ ਆਪਾਂ ਕੋਈ। ਰੰਗ ਪੇਂਟ ਦਾ ਜੀ? ਰੰਗ ਪੇਂਟ ਬਾਈ ਸਾਰਾ ਓਕੇ ਆ, ਓਰੀਜਨਲ ਟਰੈਕਟਰ ਆ, 11 ਮਾਡਲ ਪਹਿਲੀ ਪਾਰਟੀ ਦਾ ਟਰੈਕਟਰ ਆ। ਠੀਕ ਹੈ, ਜਮਾ ਓਰੀਜਨਲ ਆ ਰੰਗ ਪੇਂਟ ਦਾ, ਮੜਗਾਟ ਵੀ ਨਾਲ ਦੇ ਲੱਗਿਆ, ਸਾਰਾ ਕੁਝ ਨਾਲ ਦਾ ਯਾਰ, ਮਗੜਾਂ ਦਾ ਸਟicker ਵਗੈਰਾ ਕੁਝ ਵੀ ਨਹੀਂ ਟਰੈਕਟਰ ਦੇ ਹਜੇ ਕੋਈ ਚੇਂਜ ਹੋਇਆ। ਹਾਂਜੀ, ਡਬਲ ਪੰਪ ਚ ਆ ਗਿਆ ਜੀ, ਪਾਵਰ ਸਟੀਅਰਿੰਗ ਚ ਆ। ਹਾਂ, ਪਾਵਰ ਸਟੀਅਰਿੰਗ, ਤੇਲ ਬ੍ਰੇਕਰ, ਬਸ PTO। ਠੀਕ ਹੈ ਜੀ। ਹਾਂ, ਮਾਡਲ ਜੀ ਇਹ ਕਿੰਨੇ ਆ? ਮਾਡਲ 2011, ਡਿਮਾਂਡ ਦੀ ਗੱਲ ਕਰਕੇ ਵੀਰੇ ਆਪਣੇ ਡਿਮਾਂਡ ਹੈਗੀ 4,25,000 ਰੁਪਇਆ। ਠੀਕ ਹੈ ਜੀ। ਜੇ ਕੋਈ ਵੀਰ ਤੁਹਾਡੀ ਵੀਡੀਓ ਵੇਖ ਕੇ ਆਪਣੇ ਕੋਲੇ ਪਹੁੰਚਦਾ, ਹਾਂਜੀ, ਵੀਰ ਕਹਦੇ ਵੀ ਆ ਬਾਈ ਦੀ ਐਡ ਵੇਖ ਕੇ ਆਏ ਆ, ਹਾਂਜੀ, ਉਹਦੇ ਵਾਸਤੇ ਇੱਕੋ ਮੁੱਲ 4,00,000 ਰੁਪਏ ਦਾ ਰੇਟਰ ਦੇ ਦਾਂਗੇ। ਠੀਕ ਹੈ ਜੀ। ਹਾਂ, ਇਹ ਸਰਵਿਸ ਵਗੈਰਾ ਦੀ ਗੱਲ ਉਹ ਸਾਰਾ ਕੁਝ ਵੀਰੇ, ਆਪਣੀ ਸਰਵਿਸਾਂ ਵਗੈਰਾ ਨਵੀਆਂ ਹੋਈਆਂ ਹੁੰਦੀਆਂ, ਚੈੱਕ ਕਰਾ ਦਿਓ, ਕੋਈ ਗੱਲ ਨਹੀਂ, ਆ ਜਾਓ। ਠੀਕ ਹੈ ਜੀ। ਆ ਦੇਖ ਲਓ ਵੀ ਜਿਹੜੇ ਟਰੈਕਟਰਾਂ ਦੀ ਆਪਾਂ ਐਡ ਪਾਵਾਂਗੇ ਅੱਜ। ਹਾਂਜੀ, ਮੈਥੋਂ ਹੁਣ ਤੂੰ ਸਰਵਿਸ ਤੇ ਗੱਲ ਲਿਆਂਦੀ, ਤਿੰਨਾਂ ਟਰੈਕਟਰਾਂ ਦੀ ਮੈਥੋਂ ਸਲਾਈਨਾਂ ਕਢਾ ਲਈ। ਠੀਕ ਹੈ ਜੀ। ਆ ਵੇਖ ਲੈ ਬਾਈ ਚੈੱਕ ਕਰਾ ਦੇ। ਮਗਲੇ ਆ ਤੇਰੇ ਖੜੇ ਤੋਂ ਸਲਾਈ ਕੱਢੀ ਆ, ਦੇਖ ਲੈ ਵੀ ਨਵਾਂ ਸਰਵਿਸਾਂ ਬਾਈ ਲਿਆ ਕੇ ਟਰੈਕਟਰਾਂ ਦੀ ਆਪ ਕਰਾਉਣੇ ਆ। ਠੀਕ ਹੈ ਜੀ। 3,350 ਰੁਪਏ ਜਿਹੜਾ ਲੱਗਦਾ ਉਹ ਲਾਇਆ ਹੁੰਦਾ ਆਪਣਾ। ਠੀਕ ਹੈ ਜੀ। ਠੀਕ ਆ ਵੀਰੇ, ਮਤਲਬ ਇਹ ਦੁਬਾਰਾ ਰੁਪਈਆ ਲਾਉਣ ਦੀ ਲੋੜ ਨਹੀਂ। ਹਾਂ, ਜੇ ਆਏ ਨਹੀਂ ਵੀ ਕੋਈ ਕਿਸੇ ਪਾਸੋਂ ਕੋਈ ਡੀਜ਼ਲ ਫਿਲਟਰ ਜਾ ਕੇ ਬੰਦ ਹੋ ਗਏ, ਰਾਹ 'ਚ ਖੜ ਜੂਗਾ ਟਰੈਕਟਰ ਬੰਦੇ ਦਾ। ਠੀਕ ਹੈ ਜੀ। ਉਹ ਸਾਰਾ ਕੁਝ ਸਰਵਿਸ ਦੇ ਨਾਲ ਡੀਜ਼ਲ ਫਿਲਟਰ ਚੇਂਜ ਕਰਾਏ ਹੁੰਦੇ ਆਪਣੇ। ਠੀਕ ਆ ਬਾਈ ਜੀ। ਹਾਂ ਠੀਕ ਹੈ ਜੀ। ਅੱਗੇ ਆਪਣੇ ਕੋਲੇ ਆ ਗਿਆ ਜੀ 2005 ਮਾਡਲ ਫਾਰਮ ਟਰੈਕ 60।
ਅੱਗੇ ਹੈਗਾ ਜੀ 5 ਮਾਡਲ ਫਾਰਮ ਟਰੈਕ 60 ਨੰਬਰ ਪੰਜਾਬ ਪੀਵੀ 13 ਠੀਕ ਹੈ ਜੀ ਪੀਵੀ 13 ਸੰਗਰੂਰ ਦਾ ਨੰਬਰ ਇਹ 14 ਦੇ ਟਾਇਰਾਂ 'ਚ ਹੀ ਹੈ ਵੀਰੇ ਠੀਕ ਹੈ ਜੀ 14 ਦੇ ਟਾਇਰਾਂ 'ਚ ਚਾਰੇ ਟਾਇਰ ਮੰਨ ਕੇ ਚੱਲ ਆਪਣੇ ਕੋਲ ਗਾਹਕ 90 ਪੈਸੇ ਮੰਨ ਗਿਆ ਬਈ ਟਾਇਰ ਠੀਕ ਹੈ ਜੀ 90 ਪੈਸੇ ਟਾਇਰ ਗੁਡੀਅਰ ਕੰਪਨੀ ਦੇ ਆ ਠੀਕ ਹੈ ਬਾਈ ਜੀ ਪੀਟਗੋਰ ਬੱਸ ਹੈ ਵੀ ਠੀਕ ਹੈ ਜੀ ਰਵਸ ਪੀਟਗੋ ਆ 2005 ਮਾਡਲ ਹੈ ਨਾਗੇ ਦੇ ਨਾਲ ਸਾਰੇ ਪੂਰੇ ਆ ਬੈਂਪਰ ਛਤਰੀ ਡੰਡਾ ਫੱਟੀ ਸਾਰਾ ਕੁਛ ਵਿੱਚ ਪਿਆ ਟਰੈਕਟਰ ਦੇ ਸਮਾਨ ਪੂਰਾ ਓਕੇ ਆ ਇਹ ਸਿੰਪਲ ਸਟੀਅਰਿੰਗ ਚ ਆ ਇਹ ਸਿੰਪਲ ਸਟੀਅਰਿੰਗ ਚ ਆ ਜਾਂਦਾ ਇਹਦਾ ਰੰਗ ਪੇਂਟ ਜੀ ਇਹਦਾ ਰੰਗ ਪੇਂਟ ਬਈ ਜਿੰਨਾ ਵੀ ਹੈਗਾ ਰੇਨ ਵਾਲਾ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਠੀਕ ਹੈ ਜੀ ਬੰਦਾ ਕਾਰੀਗਰ ਨੂੰ ਨਾਲ ਲਿਆ ਕੇ ਟਰੈਕਟਰ ਚੈੱਕ ਕਰਾ ਲੇ ਫੇਰ ਸੌਦਾ ਲਾ ਲੇ ਠੀਕ ਹੈ ਇਹਦੇ ਵੀ ਮੜਗਾਟ ਬਈ ਜੀ ਨਾਲ ਦੇ ਲੱਗੇ ਸਾਰਾ ਕੁਝ ਨਾਲ ਦੀ ਆ ਵੀਰੇ ਕੋਈ ਮਗਰਾਲ ਮੂਡ ਰੈਮ ਰੂਮ ਕੋਈ ਚੇਂਜ ਨਹੀਂ ਹੋਇਆ ਰਿਮਾਂ ਦਾ ਰੰਗ ਰੂਮ ਜਿੰਨਾ ਵੀ ਰੇਨ ਵਾਲਾ ਸਾਰਾ ਮੜਗਾਟਾਂ ਤੇ ਸਾਰੇ ਸਟicker ਵੀ ਲੱਗੇ ਸਟicker ਸਟicker ਜਿਹੜਾ ਕੋਸਾ ਬਈ ਏਜੰਸੀ ਦੇ ਆ ਮਗਰਾਲ ਮੂਡ ਸਾਰਾ ਕੁਝ ਨਹੀਂ ਚੇਂਜ ਹੋਇਆ ਜੀ ਠੀਕ ਹੈ ਇਹਦੇ ਪਲੇਟਫਾਰਮ ਆ ਕੇ ਵੱਡੇ ਹਾਂ 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 ਠੀਕ ਹੈ ਜੀ ਮਾਡਲ ਮਾਡਲ 2005 ਡਿਮਾਂਡ ਦੀ ਗੱਲ ਕਰਕੇ 2,65,000 ਰੁਪਇਆ ਠੀਕ ਹੈ ਜੀ 2,65,000 ਮੁੱਲ ਆ ਆਪਣਾ ਜੇ ਕੋਈ ਬੰਦਾ ਤੁਹਾਡੀ ਐਡ ਵੇਖ ਕੇ ਆਪਣੇ ਕੋਲੇ ਪਹੁੰਚਦਾ ਸੌਦੇ ਨੂੰ ਹਾਂਜੀ ਇੱਕੋ ਮੁੱਲ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਕੋਲੇ ਘਰੇ ਗਾਹਕ ਚੱਲ ਕੇ ਆਵੇ ਮੈਂ ਘਰੇ ਆ ਕੇ ਕੋਈ ਨਹੀਂ ਰਾਹ ਪਾਉਂ ਗੱਲ ਸੌਦੇ ਵਾਲੀ ਆਪਾਂ ਇੱਥੇ ਹੀ ਡਿਸਕਾਊਂਟ ਦੇ ਦੇਣੀ ਇੱਥੇ ਹੀ ਕਲੀਅਰ ਕਰ ਦੇਣੀ ਸੌਦਾ ਠੀਕ ਹੈ ਜੀ 2,50,000 ਰੁਪਏ ਦੀ ਸਾਈ ਫੜਾਂਗੇ ਯੈਸ ਨੋ ਹਾਂ ਯੈਸ ਨੋ ਤੇ ਗੱਲ ਆ ਗਈ ਜਿਹੜੀ ਸਰਵਿਸ ਦੀ ਹਾਂਜੀ ਹੁਣ ਤੂੰ ਗੱਲ ਛੇੜੀ ਆ ਵੀ ਬਾਈ ਤੇਲ ਪਾਣੀ ਕਿਵੇਂ ਹੁੰਦਾ ਹਾਂਜੀ ਇਹਦੀ ਵੀ ਸਰਵਿਸ ਚੈੱਕ ਕਰਾ ਦੇ ਵੀਰੇ ਇਹ ਠੀਕ ਹੈ ਜੀ ਆ ਵੇਖ ਲਓ ਠੀਕ ਆ ਬਾਈ ਜੀ ਸਰਵਿਸ ਇਹਦੀ ਵੀ ਨਵੀਂ ਆਪਦੇ ਹੱਥੀ ਕਰਵਾਈ ਠੀਕ ਹੈ ਜੀ ਜਾਣਦੀ ਯਾਰ ਗਾਹਕ ਨੂੰ ਜਾ ਕੇ ਆਏ ਨੇ ਵੀ ਲਾਂਭੇ ਵਾਲਾ ਸੌਦਾ ਨਹੀਂ ਬਰਕ ਸਾਹਿਬ ਤੇ ਜਾਣ ਦੀ ਜਮਾ ਲੋੜ ਨਹੀਂ ਆਪਾਂ ਐ ਨਹੀਂ ਵੀ ਜਾ ਕੇ ਯਾਰ ਬੰਦੇ ਨੂੰ ਜਾ ਕੇ ਤੇਲ ਵੀ ਬਦਲਾਉਣਾ ਪਵੇ ਤੇਲ ਤੂਲ ਮੁਗਲੈਲ ਨਵਾਂ ਪਾਇਆ ਹੁੰਦਾ ਵੀਰੇ ਠੀਕ ਆ ਵੀਰੇ ਅੱਗੇ ਆਪਣੇ ਕੋਲੇ ਆ ਗਿਆ ਜੀ 265,000 ਮਾਡਲ ਠੀਕ ਆ ਜੀ ਦੇਖੋ ਪੀਵੀ 13 ਨੰਬਰ ਹੀ ਇਹਦਾ ਬਾਈ ਜੀ ਪੀਵੀ 13 ਨੰਬਰ ਆ ਟਰੈਕਟਰ ਦਾ ਤੇ ਕੰਡੀਸ਼ਨ ਚੈੱਕ ਕਰ ਲਓ ਕਿੰਨੀ ਸੋਹਣੀ ਕੰਡੀਸ਼ਨ ਨਵਾਂ ਟਰੈਕਟਰ ਪਹਿਲੀ ਪਾਰਟੀ ਦਾ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਨਾਲ ਠੀਕ ਆ ਜੀ ਪਹਿਲੇ ਘਰ ਦਾ ਮਗਲ ਟਾਇਰਾਂ ਦੀ ਗੱਲ ਕਰਕੇ ਐਮਆਰਐਫ ਕੰਪਨੀ ਦੇ ਟਾਇਰ 60 ਪਏ ਆ ਬਾਈ ਜੀ ਠੀਕ ਆ ਜੀ ਤੇ ਮੂਲ ਟਾਇਰਾਂ ਦੀ ਗੱਲ ਕਰਕੇ ਇਹ ਪਰਸੋਂ ਹੀ ਜੋੜੀ ਆਪਾਂ ਨਵੀਂ ਪਵਾਈ ਇਹਦਾ ਕਾਟ ਵੀ ਨਾਲ ਮਿਲੂਗਾ ਸੀਏਟ ਕੰਪਨੀ ਦੇ ਟਾਇਰ ਆ ਕੋਈ ਦੇਸੀ ਨਹੀਂਗੇ ਕੰਪਨੀ ਦੇ ਟਾਇਰ ਆ ਇਹਦਾ ਨਾਲ ਕਾਟ ਵੀ ਮਿਲੂਗਾ ਟਾਇਰਾਂ ਦਾ ਠੀਕ ਆ ਜੀ ਠੀਕ ਆ ਵੀਰੇ ਨਾਗ ਇਹਦੇ ਨਾਲ ਵੀ ਪੂਰੇ ਆ ਠੀਕ ਆ ਜੀ ਡੰਡਾ ਫੱਟੀ ਛਤਰੀ ਬੈਂਪਰ ਠੀਕ ਆ ਜੀ ਤੇ ਜੋ ਕਿੱਲੀਆਂ ਵਾਲੀ ਹੁੱਕ ਆ ਤੇ ਮੜਗਾਟ ਮੜਗੂਟ ਇਹਦੇ ਵੀ ਨਾਲ ਦੀ ਟਰੈਕਟਰ ਤੇ ਰਿਮਾਂ ਦੀ ਬਾਈ ਜੀ ਕੰਡੀਸ਼ਨ ਚੈੱਕ ਕਰਾ ਦਿਓ ਇਧਰੋਂ ਤੁਸੀਂ ਖੜੀ ਆ ਇਧਰੋਂ ਕੰਡੀਸ਼ਨ ਸਾਰੀ ਚੈੱਕ ਕਰਾ ਦੇ ਰਿਮਾਂ ਦੀ ਦੇਖੋ ਕੰਡੀਸ਼ਨ ਕਿੰਨੀ ਸਾਫ ਆ ਤੇ ਨਾਲ ਦੇ ਮੜਗਾਟ ਆ ਚਾਰੇ ਇੰਡੀਕੇਟਰ ਆ ਵੇਖ ਲਓ ਬਾਈ ਜੀ ਲੈਫਟ ਪੰਪ ਦੇ ਸਟicker ਏਜੰਸੀ ਦੇ ਹਜੇ ਇਹ ਨਾਲ ਦਾ ਹੀ ਲੈਫਟ ਪੰਪ ਆ ਤੇ ਨਾਲ ਦੇ ਸਟicker ਆ ਇਹਦੇ ਹਜੇ ਪੂਰਾ ਰਿਜਨਲ ਵੀ ਇੰਨਾ ਕੀ ਚੱਲਿਆ ਕਟਾਈ ਐਂਡ ਵੇਲ ਆ ਬੂਟ ਵਗੈਰਾ ਇੰਡਾਂ ਦੇ ਬੂਟ ਵਗੈਰਾ ਰਬੜ ਦੇ ਹਜੇ ਸਾਰਾ ਕੁਝ ਨਾਲ ਦੀ ਹੁੰਦਾ ਨਾਲ ਦੇ ਬੂਟ ਆ ਕੰਪਨੀ ਦਾ ਹੀ ਸਾਰਾ ਕੁਝ ਆ ਰੇਡੀਏਟਰ ਦਾ ਪੈਪ ਆ ਜਾਂਦੇ ਆ ਪਾਣੀ ਵਾਲੇ ਇਹ ਚੈੱਕ ਕਰਾ ਦੇ ਹਜੇ ਤੱਕ ਪੈਪ ਨੂੰ ਨਹੀਂ ਹਜੇ ਬਦਲਿਆ ਸਾਰਾ ਕੁਝ ਨਾਲ ਦਾ ਪਿਆ ਰੇਡੀਏਟਰ ਪੂਰਾ ਰਿਜਨਲ ਫੁੱਲ ਰਿਜਨਲ ਪੂਰੀ ਗਾਰੰਟੀ ਇੰਜਨ ਗੇਅਰ ਦੀ ਵੀ ਗਾਰੰਟੀ ਹੈ ਬਾਈ ਆਪਣੀ ਪੂਰੀ ਆ ਮਰਗਾੜਾਂ ਦੇ ਵੀ ਹਜੇ ਤੱਕ ਇੰਡੀਕੇਟਰ ਚਾਰੇ ਕੰਪਨੀ ਚਾਰੇ ਇੰਡੀਕੇਟਰ ਏਜੰਸੀ ਦੇ ਨਾਲ ਦੇ ਇੰਡੀਕੇਟਰ ਆ ਸ਼ੀਸ਼ੇ ਵਗੈਰੇ ਕੁਝ ਨਹੀਂ ਬਦਲਿਆ ਇੰਡੀਕੇਟਰ ਸ਼ੀਸ਼ੇ ਵੀ ਨਾਲ ਦੇ ਆ ਆ ਬਈ ਆ ਸਟicker ਏਜੰਸੀ ਵਿੱਚੋਂ ਟਰੈਕਟਰ ਨਿਕਲਦਾ ਇਹ ਬੈਂਪਰ ਉਦੋਂ ਏਜੰਸੀ ਕੰਪਨੀ ਦਿੰਦੀ ਸੀ ਬੈਂਪਰ ਇਹ ਅਲੱਗ ਪਹਿਆਂ ਦਾ ਠੀਕ ਹੈ ਜਿਹੜੇ ਆ ਸਟicker ਆ ਆ ਇਹ ਏਜੰਸੀ ਦੇ ਸਟicker ਆ ਸਾਰੇ ਲੱਗੇ ਵੇ ਜਿਹੜੇ ਏਜੰਸੀ ਵੱਲੋਂ ਲੱਗੇ ਆ ਹਾਂ ਏਜੰਸੀ ਦੇ ਸਟicker ਆ ਪੂਰਾ ਨਵਾਂ ਟਰੈਕਟਰ ਕੋਰਾ 2000 ਮਾਡਲ 265 ਠੀਕ ਆ ਹਾਂ ਸੈਲਫ ਵਗੈਰਾ ਤੇ ਨਿਗਾਹ ਮਰਾ ਦੇ ਪੂਰਾ ਓਕੇ ਪਈ ਆ ਜਾਸ ਕਰੋ ਯਾਰ ਠੀਕ ਆ ਆ ਮਗਰਾਂ ਦੀਆਂ ਛੱਤਾਂ ਛੁੱਤਾਂ ਵੇਖ ਲਾ ਵੀ ਕਿ ਧੋਣੀ ਆ ਆ ਕੰਪਨੀ ਦਾ ਡੰਡਾ ਹੁੰਦਾ ਮਗਰਾਂ ਦਾ ਸਾਰਾ ਕੁਝ ਨਾਲ ਦਾ ਕਸਿਆ ਬਾਉਂਗੇ ਠੀਕ ਆ ਜੀ ਜੇ ਇਹ ਬੰਦਾ ਖੋਲ ਕੇ ਰੱਖਦੇ ਘਰੇ ਯਾਰ ਕਹਿੰਦਾ ਬਾਈ ਇਹ ਤਾਂ ਹੈ ਨਹੀਂ ਯਾਰ ਡੈ ਗਵਾਜਤਾ ਜਾਂ ਵੇਚਤਾ ਹਾਂਜੀ ਇਹ ਸਾਰਾ ਕੁਝ ਉਵੇਂ ਹੀ ਆ ਨਾਲ ਦਾ ਠੀਕ ਆ ਜੀ ਪਹਿਲੀ ਪਾਰਟੀ ਇਹ ਵੀ ਇਹ ਖੁਦ ਮਾਲਕਾਂ ਦਾ ਨਵਾਂ ਕਢਾਇਆ ਪੰਜਾਬ ਨੰਬਰ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਤੁਹਾਨੂੰ ਵੀਰੇ ਠੀਕ ਆ ਜੀ ਠੀਕ ਆ ਗੱਲ ਇਹਦੀ ਸਰਵਿਸ ਦੀ ਕਰਕੇ ਹਾਂਜੀ ਤੇ ਇਹਦੀ ਵੀ ਸਰਵਿਸ ਚੈੱਕ ਕਰਾ ਦੇ ਆ ਜੀ।
ਆਹ ਦੇਖ ਲਓ ਵੀਰੇ, ਠੀਕ ਹੈ ਜੀ, ਟਰੈਕਟਰ ਸਰਵਿਸ ਹੋ ਕੇ ਇੱਕ ਘੰਟਾ ਟਰੈਕਟਰ ਚੱਲਿਆ ਹੋਊਗਾ ਮਸਾਂ ਇਹ, ਠੀਕ ਆ ਬਾਈ ਜੀ, ਦੇਖ ਲਓ ਨਵੀਂ ਸਰਵਿਸ ਆ ਵੀ ਜਾ ਕੇ ਆਏ ਨਹੀਂ ਗਾਹਕ ਨੂੰ ਵੀ ਸਰਵਿਸ ਕਰਾਉਣੀ ਪੈਣੀ ਹੈ, ਠੀਕ ਹੈ ਜੀ ਸਰ, ਕੁਛ ਓਕੇ ਲਾਓ, ਦੁਬਾਰਾ ਰੁਪਈਆ ਲਾਉਣ ਦੀ ਲੋੜ ਨਾ ਨਾ ਬਾਈ, ਟਰੈਕਟਰ ਜਮਾਂ ਯਾ ਸਿਉਣੇ ਵਰਗਾ ਲਿਆਈਦਾ ਤੇ ਸਿਉਣੇ ਵਰਗੇ ਕਹਿ ਕੇ ਦਈਦਾ ਬਾਈ, ਠੀਕ ਹੈ ਜੀ, ਜਦੋਂ ਆਪਾਂ ਨੋਟ ਨਹੀਂ ਮਾੜਾ ਲੈਣਾ ਤਾਂ ਟਰੈਕਟਰ ਕਿਉਂ ਮਾੜਾ ਦੇਗੇ, ਠੀਕ ਆ, ਠੀਕ ਹੈ ਨਾ ਵੀਰੇ, ਹਾਂਜੀ, ਹਾਂ ਗੱਲ ਕਰਕੇ ਡਿਮਾਂਡ ਦੀ, ਡਿਮਾਂਡ 2000 ਮਾਡ ਦੀ 2,00,000 ਤੇ 15,000 ਰੁਪਈਆ ਵੀਰੇ ਆਪਣਾ ਰੇਟ ਤਾਂ, ਠੀਕ ਆ, ਹਾਂਜੀ, ਜੇ ਕੋਈ ਬੰਦਾ ਤੁਹਾਡੀ ਐਡ ਵੇਖ ਕੇ ਆਉਂਦਾ, ਹਾਂਜੀ, ਆਪਾਂ ਨੂੰ ਆ ਕੇ ਕਹਿੰਦਾ ਵੀ ਬਾਈ ਦੀ ਐਡ ਵੇਖ ਕੇ ਤੇਰੇ ਕੋਲੇ ਪਹੁੰਚਿਆ ਵੀਰੇ, ਵੀ ਕੀ ਮਾਨਤਾਨ ਕਰੇਗਾ, ਹਾਂਜੀ ਹਾਂਜੀ, ਆਪਾਂ ਇੱਥੇ ਦੇ ਦਿੰਦੇ ਡਿਸਕਾਊਂਟ ਜਿੰਨਾ ਕਹੇਗਾ, ਠੀਕ ਹੈ ਜੀ, ਯੈਸ ਨੋ, ਯੈਸ ਨੋ, ਹਾਂਜੀ, 2,15,000 ਰੇਟ ਆ ਬਾਈ, 2,00,000 ਰੁਪਏ ਦੀ ਸਾਈ ਫੜੂੰਗਾ ਟਰੈਕਟਰ, ਠੀਕ ਹੈ ਜੀ, ਹਾਂ 2000 ਮਾਡਲ ਆ, ਪਰ ਟਰੈਕਟਰ ਬਾਈ ਇੰਨਾ ਨਵਾਂ ਕੰਡੀਸ਼ਨ ਦਾ ਨਹੀਂ ਟਰੈਕਟਰ ਹੋਣਾਗਾ, ਮੋਗੇ ਮੰਡੀ 'ਚ ਤੁਸੀਂ ਵੀ ਚਲੋ ਐਡ ਪਾਉਣੀ ਹੈ ਨਾ, ਵੀ ਆਹ ਕੰਡੀਸ਼ਨ ਦਾ ਟਰੈਕਟਰ ਚੈੱਕ ਮੈਨੂੰ ਦਿਖਾ ਦਿਓ, ਵੀ ਆਹ ਕੰਡੀਸ਼ਨ ਦਾ ਟਰੈਕਟਰ ਮੋਗੇ ਮੰਡੀ 'ਚ ਖੜਾ, ਆਪਣੀ ਗਰੰਟੀ ਹੋਊਗੀ, ਠੀਕ ਹੈ, ਇੰਨਾ ਨਵਾਂ ਟਰੈਕਟਰ ਹੈ, ਸਲੈਂਸਰ ਵਗੈਰਾ ਨਾਲ ਦਾ ਬਾਈ ਜੀ ਇਹਦਾ, ਹਜੇ ਸਲੈਂਸਰ ਨਹੀਂ ਚੇਂਜ ਹੋਇਆ, ਇਹਦੇ ਸਲੈਂਸਰ ਦੇ ਮਾਰ ਕੇ ਪਏ ਬਾਈ, ਆਹ ਚੈੱਕ ਕਰਾਈ ਆ ਕੇ ਮੋਰ, ਆਹ ਦੇਖੋ ਮਹਿੰਦਰਾ ਸਲੈਂਸਰ 'ਤੇ ਵੀ ਹਜੇ ਮਹਿੰਦਰਾ ਨਾਲ ਦਾ ਯਾਂਸੀ ਦਾ ਸਲੈਂਸਰ ਹੈ, ਆਹ ਮੋਹਰਾਂ ਦੇਖ ਲਓ ਵੀ ਟਰੈਕਟਰ ਇੰਨਾ ਕੀ ਚੱਲਿਆ ਇਹ, ਠੀਕ ਹੈ ਜੀ, ਸਾਰਾ ਕੁਛ ਨਾਲ ਦਾ ਵੀਰੇ ਓਕੇ ਆ, ਸਪੋਰਟਾਂ ਸਪੂਟਾਂ ਛਤਰੀ ਨੂੰ ਐਂ ਸ਼ੌਂਕ ਨਾਲ ਲਵਾਈਆਂ ਬੰਦੇ ਦੀਆਂ, ਅਤੇ ਜੇ ਆਪਾਂ ਡਰੈਸ ਦੀ ਗੱਲਬਾਤ ਕਰੀਏ ਜੀ, ਮੰਡੀ ਤੋਂ ਬਿਨਾਂ ਟਰੈਕਟਰ ਆਪਣੇ ਕਿੱਥੇ ਹੁੰਦੇ ਜੀ, ਮੰਡੀ ਤੋਂ ਬਿਨਾਂ ਬਾਈ ਜੀ ਆਪਣੇ ਟਰੈਕਟਰ ਜਿਵੇਂ ਹੁਣ ਮੰਡੀ ਦੀ ਅੱਜ ਲਾਏ ਆ, ਜਿੱਥੋਂ ਵਿਕਦਾ ਮਾਲ ਠੀਕ ਆ ਨਹੀਂ ਆ, ਪਿੰਡ ਹੀ ਪਹੁੰਚਣੇ ਆ ਘਰੇ ਆਪਣੇ, ਆਪਣੇ ਘਰੇ ਹੁੰਦੇ, ਹਾਂ ਘਰੇ ਹੀ ਜਾਣੇ ਆ ਬਾਈ, ਆਪਾਂ ਕਿਤੇ ਹੁਣੀ ਰੋਕੇ ਟਰੈਕਟਰ ਆਪਣੇ ਟਿਕਾਣੇ 'ਤੇ ਹੀ ਖੜਦੇ ਜਾ ਕੇ, ਠੀਕ ਹੈ ਜੀ, ਆਪਣਾ ਪਿੰਡ ਬਾਈ ਜੀ ਸੁਖਾਨੰਦ, ਹਾਂਜੀ, ਜ਼ਿਲ੍ਹਾ ਮੋਗਾ, ਭਾਈ ਭਗਤ ਦੇ ਨੇੜੇ ਪਿੰਡ ਹੈ, ਠੀਕ ਹੈ ਜੀ, ਭਗਤੇ ਭਾਈ ਤੋਂ ਸਾਰਾ 5-6 ਕਿਲੋਮੀਟਰ ਵਾਰਡ ਆ ਪਿੰਡ ਸੁਖਾਨੰਦ, ਜ਼ਿਲ੍ਹਾ ਮੋਗਾ, ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਤਿੰਨਾਂ ਟਰੈਕਟਰਾਂ ਦੀ, ਕੋਈ ਫੋਟੋਆਂ ਮੰਗਾਉਣੀਆਂ ਹੋਣ ਜਾਂ ਕੋਈ ਟਰੈਕਟਰ ਬਾਰੇ ਗੱਲਬਾਤ ਕਰਨੀ ਹੋਵੇ, ਮੋਬਾਈਲ ਨੰਬਰ ਆਪਾਂ ਦੱਸ ਦਿੰਦੇ ਹਾਂ ਵੀਰੇ, 94-175-82-582 'ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ, 94-175-82-582 ਇਹ ਨੰਬਰ 'ਤੇ ਆਪਣੇ ਨਾਲ ਵੀਰ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੈ ਗੱਲਬਾਤ ਕਰ ਸਕਦੇ ਆ, ਪੁਰਾਣਾ ਟਰੈਕਟਰ ਬਾਈ ਕੱਟ ਲਈਦਾ, ਕਾਗਜ਼ਾਂ ਦਾ ਸਹੀ ਹੋਵੇ ਕੱਟ ਲਾਏ ਕੋਈ ਗੱਲ, ਠੀਕ ਹੈ, ਹਾਂ ਕੋਈ ਟਰੈਕਟਰ ਹੋਵੇ ਜੇ ਕੋਈ ਵੀਰ ਸੌਦੇ ਦੇ ਵਿੱਚ ਕੋਈ ਟਰੈਕਟਰ ਪਾਉਣਾ ਚਾਹੁੰਦਾ ਆਪਾਂ ਕੱਟ ਲਾਏ ਕੋਈ ਚੱਕਰ, ਠੀਕ ਹੈ ਜੀ, ਹਾਂ, ਹਾਂਜੀ ਦੋਸਤੋ, ਵੀਡੀਓ ਜੇ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ, ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਧੰਨਵਾਦ, ਸਤਿ ਸ਼੍ਰੀ ਅਕਾਲ।